ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਨੂੰ ਸੰਗਤ ਨਾਲ ਵਿਚਾਰ ਕਰਨ ਦੇ ਲਈ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਪਿਛਲੇ ਤਿਰਜੋਣ 7-8 ਸਾਲ ਤੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਮਨਾਉਣ ਲਈ ਨਨਕਾਣਾ ਸਾਹਿਬ ਜਾਂਦੇ ਰਹੇ ਹਾਂ ਸਿਰੋ ਕਾਵੜ ਵਿੱਚ 2 ਸਾਲ ਅਸੀਂ ਨਹੀਂ ਜਾ ਸਕੇ ਇਸ ਸਾਲ ਵੀ ਅਸੀਂ ਗਏ ਸੀ ਔਰ ਦੋ ਵਾਰ ਤੋਂ ਕਾਲ ਸਬਕ ਦੇ ਜਥੇਦਾਰ ਵੀ ਜਾਂਦੇ ਪਏ। ਇਸ ਵਾਰ ਵੀ ਅਸੀਂ 20 ਜਨਵਰੀ 21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਸ੍ਰੀ ਦਾਾਂ ਦੀ ਯਾਤ ਮਨਾਣ ਲਈ ਨਨਕਾਣਾ ਸਾਹਿਬ ਜਾਣਾ ਹੈ। ਔਰ ਜਿਹਨਾਂ ਸਾਡੇ ਨਾਲ ਜਾਣਾ ਚਾਹੁੰਦੇ ਹਨ ਮੈਂ ਬੇਨਤੀ ਕਰਾਂਗਾ ਕਿ 5 ਜਨਵਰੀ ਤੱਕ ਉਹ ਸਾਰੇ ਆਪਣੇ ਨਾਮ ਭੇਜ ਦੇਣ। ਮੈਨੂੰ ਇਹ ਗੱਲ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਕਈ ਪਰਸੋਂ ਸਿਕੋਂ ਦੇ ਮਾਨਸਿਕੀਤ ਮਾਨਕਤਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਜ਼ਹਾਰ ਕੀਤਾ ਕਿ ਜਿਸ ਜਗ੍ਹਾ ਤੋਂ ਸਿੰਘ ਸਵਾਲ ਲਹਿਰ ਗੁਰਦੁਆਰਾ ਸੁਦਾਰ ਲਹਿਰ ਸ਼ੁਰੂ ਹੋਈ ਸੀ ਉਸ ਜਗ੍ਹਾ ਮੈਂ ਇਸ ਵਾਰ ਜਾਣਾ ਚਾਹੁੰਦਾ ਹਾਂ ਤੇ ਮੈਂ ਕਹਾਂ ਜੀ ਸਾਡੇ ਤਨਪਾਗ ਨੂੰ ਅਸੀਂ ਤੁਹਾਡਾ ਉੱਥੇ ਵਿਚਾਰਾਂ ਦਾ ਆਨੰਦ ਮਾਣ ਸਕਾਂਗੇ ਕੀਰਤਨ ਸੁਣ ਸਕਾਂਗੇ ਇਸ ਤਰ੍ਹਾਂ ਸਾਡੇ ਆਸਤੇ ਕੋਈ ਖੁਸ਼ੀ ਹੁੰਦੀ ਨਹੀਂ ਹੋ ਸਕਦੀ ਤੇ ਮੈਂ ਇਹ ਬੇਨਤੀ ਕਰਨੇ ਚਾਹੁੰਦਾ ਕਿ ਜਿਹੜੇ ਵੀ ਗੁਰਸਿੱਖ ਇਸ ਮੌਕੇ ਤੇ ਜਾਣਾ ਚਾਹੁੰਦੇ ਹਨ ਉਹ ਡਲੇ ਬਿਲਕੁਲ ਨਾ ਕਰਨ ਬਾਅਦ ਪਰੇਸ਼ਾਨੀ ਹੁੰਦੀ ਹੈ ਲੇਟ ਨਾ ਭੇਜਣ ਦੇ ਨਾ ਕੱਟੇ ਜਾਂਦੇ ਤੇ ਜਿੱਦੇ ਨਾਲ ਅਸੀਂ ਵੀ ਪਰੇਸ਼ਾਨ ਹੁੰਦੇ ਆ ਤੇ ਸੰਗਤ ਵੀ ਪਰੇਸ਼ਾਨ ਹੁੰਦੀ ਹੈ ਸਾਨੂੰ 5 ਜਨਵਰੀ ਤੱਕ ਜਿਹੜੇ ਵੀ ਨਾਂ ਆਣਗੇ ਉਹਨਾਂ ਚੋਂ ਕੋਈ ਵੀ ਨਾਂ ਕਟਿਆ ਨਹੀਂ ਜਾਏਗਾ ਮੈਂ ਆਪਣੇ ਮੈਂਬਰ ਸਭਾ ਨੂੰ ਔਰ ਸੰਗਤ ਨੂੰ ਸਨਵਰ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ ਇਸ ਮੌਕੇ ਦੇ ਉਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨਾਲ ਜਾਣਾ ਔਰ ਜਿਸ ਵਕ ਗਿਆਨੀ ਪਿੰਦਰਪਾਲ ਸਿੰਘ ਜੀ ਵੀ ਆਪਣੇ ਵਿਚਾਰਾਂ ਰੇ ਮਰਾਦਾਂ ਅਨੁਸਾਰ ਸਾਰੇ ਗੱਲ ਕਰਨਗੇ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਕਿ ਗਿਆਨੀ ਪਿੰਦਰਪਾਲ ਸਿੰਘ ਵਰਗੇ ਸ਼ਖਸੀਅਤ ਨਨਕਾਣਾ ਸਾਹਿਬ ਕਥਾ ਕਰਨ ਤੇ ਸਾਨੂੰ ਲੋਕਾਂ ਨੂੰ ਉਨ੍ਹਾਂ ਦੇ ਵਿਚਾਰ ਸੁਣ ਦਾ ਮੌਕਾ ਮਿਲੇ ਜਿਆਦਾ ਨਾ ਕਹਿੰਦਾ ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਬਣਾਣਾ ਹੈ 5 ਜਨਵਰੀ ਤੱਕ ਸਾਡੇ ਇਲਾਕੇ ਦੇ ਮੈਂਬਰ ਵੱਲ ਜਾਂ ਸਾਨੂੰ ਆਪਣੇ ਨਾਮ ਪਾਸਪੋਰਟ ਨੰਬਰ ਕਰਾ ਭੇਜ ਦੇਣ ਇਤਨੀ ਬੇਨਤੀ ਕਰਦਾ ਹਾਂ ਕਿ ਮੈਂ ਤਾਂ ਚਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ